ਜਾਂ ਪੰਜਾਬ ਯੂਥ ਫੈਡਰੇਸ਼ਨ, ਅੱਜ ਜਿਹੜਾ ਭਾਰਤ ਬੰਦ ਦਾ ਸੱਦਾ ਕਾਂਗਰਸ ਨੇ ਦਿੱਤਾ ਹੈਗਾ ਪੈਟਰੋਲ ਡੀਜ਼ਲਾਂ ਦੀ ਵੱਧਦੀਆਂ ਕੀਮਤਾਂ, ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਦੇ ਦੌਰਾਨ, ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਇਹਨਾਂ ਨੇ ਸੱਦਾ ਦਿੱਤਾ ਆਮ ਜਨਤਾ ਬਾਰੇ ਸੋਚਿਆ ਬਹੁਤ ਵਧੀਆ, ਪਰ ਜਿਹੜੀ ਇਹ ਟੈਕਸ ਆਪਣਾ ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਦਾ ਟੈਕਸ ਹੈਗਾ ਵਾ, ਇਹ ਆਪਣਾ ਦੋਨੋਂ ਟੈਕਸ ਘਟਾਉਣ, ਬੀਜੇਪੀ ਆਪਣਾ ਟੈਕਸ ਘਟਾਵੇ ਕਰੂਡ ਆਇਲ ਦੇ ਹਿਸਾਬ ਨਾਲ, ਉਹ ਸਟੇਟ ਗੌਰਮੈਂਟ ਆਪਣਾ ਟੈਕਸ ਘਟਾਵੇ, ਨਾ ਕਿ ਇੱਕ ਜਣੇ ਦੇ ਉੱਤੇ ਹੀ ਸਲਵਾਨ ਲਟਕਾ। ਅਗਰ ਬੀਜੇਪੀ ਆਪਣਾ ਟੈਕਸ ਘਟਾਉਂਦੀ ਆ ਤਾਂ ਸਿਰਫ ਕੀਮਤ ਦੇ ਵਿੱਚ ਕਿੰਨਾ ਕੁ ਫਰਕ ਪੈ ਸਕਦਾ ਹੈਗਾ ਵਾ। ਸੋ ਸਟੇਟ ਗੌਰਮੈਂਟ ਨੂੰ ਮੈਂ ਅਪੀਲ ਕਰਦਾ ਕਿ ਇਹਨੂੰ GST ਦੇ ਵਿੱਚ ਲੈ ਕੇ ਆਓ। GST ਲੱਗਣ ਦੇ ਨਾਲ ਐਕਸਾਈਜ਼ ਖਤਮ ਹੋਊਗੀ, ਹੋਰ ਫਾਲਤੂ ਟੈਕਸ ਜਿਹੜੇ ਨੇ ਉਹ ਸਾਰੇ ਖਤਮ ਹੋਣਗੇ, ਚੁੰਗੀਆਂ ਖਤਮ ਹੋਣਗੀਆਂ, ਤਾਂ ਪੈਟਰੋਲ ਡੀਜ਼ਲ ਔਰ ਰਸੋਈ ਗੈਸ ਆਪਣੇ ਆਪ ਹੀ ਸਸਤੀ ਹੋਊਗੀ। ਭਾਰਤ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਆਪਣਾ ਇਹ ਉਪਰਾਲਾ ਕਰੋ, ਟੈਕਸ ਘਟਾਓ ਤਾਂ ਕਿ ਆਮ ਜਨਤਾ ਨੂੰ ਇਹਦੇ ਉੱਪਰ ਥੋੜ੍ਹਾ ਜਿਹਾ ਰਿਲੀਫ।